ਐਨਕਾਂ ਮੌਸਮ ਖਰਾਬ ਹੋਣ ਕਰਕੇ ਜਿਹੜੀ ਕਣਕ ਦੀ ਜਿਹੜਾ ਕਣਕ ਦਾ ਭਾਅ ਘਟਿਆ ਹੋਣ ਕਰਕੇ ਜਿਹੜੀ ਕਣਕ ਦੀ ਜਿਹੜਾ ਕਣਕ ਦਾ ਭਾਅ ਘਟਿਆ ਉਹਦੇ ਲਈ ਕਿਸਾਨਾਂ ਨੂੰ ਜਿਹੜਾ ਬੋਨਸ ਦੇਣ ਦਾ ਉਹ ਵੀ ਕੱਲ ਦਿੱਲੀ ਦੇ ਵਿੱਚ ਮਾਨ ਸਾਹਿਬ ਜਿਹੜਾ ਉਹ ਤੈਅ ਕਰਨਗੇ। ਉਹ ਚੌਥੀ ਜਿਹੜੀ ਹੈ ਪੰਜਾਬ ਦੇ ਅੰਦਰ ਤੈਅ ਕੀਤਾ ਕਿ ਜਿਹੜੇ ਕਿਸਾਨਾਂ ਦੇ ਸਿਰ ਤੇ ਕਰਜ਼ੇ ਆ ਕਿਤੇ ਵੀ ਹੁਣ ਸਾਡੀ ਸਰਕਾਰ ਦੇ ਸਹਿਕਾਰੀ ਵਿਭਾਗ ਦੇ ਬੈਂਕਾਂ ਦੇ ਕੋਈ ਵੀ ਕੁਦਕੀ ਵਾਰੰਟ ਜਿਹੜੇ ਆ ਉਹ ਕਿਸਾਨਾਂ ਦੇ ਨਹੀਂ ਨਿਕਲਣਗੇ, ਨਾ ਹੀ ਕਿਸਾਨਾਂ ਨੂੰ ਕਿਤੇ ਗ੍ਰਿਫਤਾਰ ਕੀਤਾ ਜਾਊਗਾ। ਔਰ ਪੰਜਵੀਂ ਜਿਹੜੀ ਕਿਸਾਨਾਂ ਦੀ ਮੰਗ ਅਸੀਂ ਤੈਅ ਕੀਤੀ ਹੈ, ਮਾਨ ਸਾਹਿਬ ਦੀ ਸਰਕਾਰ ਨੇ ਪਿਛਲੀ 1 ਤਰੀਕ ਤੋਂ ਜਿਹੜਾ ਪੰਜਾਬ ਦੇ ਅੰਦਰ ਸ਼ਾਮਲਾਟ ਪੰਚਾਇਤੀ ਜੀਵ ਜ਼ਮੀਨਾਂ ਦੇ ਉੱਤੇ ਲੋਕਾਂ ਦੇ ਨਜਾਇਜ਼ ਕਬਜ਼ੇ ਛੁਡਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਉਹਦੇ ਅੰਦਰ ਕਿਸਾਨ ਆਗੂਆਂ ਨੇ ਇੱਕ ਸੁਝਾਅ ਦਿੱਤਾ ਸੀਗਾ ਕਿ ਕੁਝ ਆਬਾਦ ਘਰ ਜਿਨ੍ਹਾਂ ਨੇ ਜ਼ਮੀਨਾਂ ਆਬਾਦ ਕੀਤੀਆਂ ਸੀਗੀਆਂ ਪੁਰਾਣੀਆਂ ਕੁਝ ਦਰਿਆਵਾਂ ਦੇ ਕੰਢੇ ਵਾਲੀਆਂ, ਅਸੀਂ ਹੁਣ ਆਬਾਦ ਘਰਾਂ ਦੇ ਕੇਸਾਂ ਨੂੰ ਵੱਖਰੇ ਤੌਰ 'ਤੇ ਵਿਚਾਰ ਦਾਂਗੇ। ਔਰ ਦੂਜੀਆਂ ਸ਼ਾਮਲਾਟ ਜ਼ਮੀਨਾਂ ਜਿਹੜੀਆਂ ਉਹਨਾਂ ਦੀ ਕਬਜ਼ਾ ਮੁਹਿੰਮ ਹੈ, ਜਿਹੜੀ ਕਬਜ਼ਾ ਮੁਹਿੰਮ ਹੈ ਉਸੇ ਤਰ੍ਹਾਂ ਜਾਰੀ ਰੱਖਾਂਗੇ। ਔਰ ਇਹਦੇ ਵਾਸਤੇ ਇੱਕ ਕਿਸਾਨ ਲੀਡਰਾਂ ਦਾ ਮੀਟਿੰਗ ਪੇਂਡੂ ਵਿਕਾਸ ਪੰਚਾਇਤ ਜਿਹੜਾ ਸਾਡਾ ਮਹਿਕਮਾ ਅਤੇ ਮੇਰੇ ਅਗਵਾਈ ਦੇ ਵਿੱਚ ਅਸੀਂ 23 ਮਈ ਨੂੰ ਸੋਮਵਾਰ ਕਿਸਾਨ ਲੀਡਰਾਂ ਨਾਲ ਮੀਟਿੰਗ ਕਰਾਂਗੇ। ਜਿੱਥੇ ਵੀ ਕਿਤੇ ਆਬਾਦ ਕਰਨ ਦੀਆਂ ਜ਼ਮੀਨਾਂ ਦਾ ਮਸਲਾ ਹੋਇਆ ਉਹ ਅਸੀਂ ਬੈਠ ਕੇ ਉਹਨਾਂ ਨੂੰ ਮਾਲਕੀ ਹੱਕ ਦਿਵਾਉਣ ਵਾਸਤੇ ਜਿਹੜਾ ਉਹ ਤੈਅ ਕਰਾਂਗੇ। ਇਹ ਅੱਜ ਮੋਟੇ ਤੌਰ 'ਤੇ ਹੋਈਆਂ, ਕੁਝ ਇੱਦਾਂ ਵੀ ਸੀਗਾ ਕਿਸਾਨਾਂ ਨੇ ਕਿਹਾ ਕਿ ਸਾਡਾ ਜਿਹੜਾ ਮਤਲਬ ਗੰਨੇ ਦਾ ਬਕਾਇਆ ਰਹਿੰਦਾ ਸੀਗਾ ਉਹ ਵੀ ਉਹਨਾਂ ਨੇ ਹਦਾਇਤਾਂ ਕਰਤੀਆਂ ਮਾਨ ਸਾਹਿਬ ਨੇ, ਆਪਣੀ ਗੌਰਮੈਂਟ ਦਾ ਕੁਝ ਸਰਕਾਰੀ ਮਿੱਲਾਂ ਦਾ ਰਹਿੰਦਾ ਸੀਗਾ ਉਹ ਵੀ ਅਤੇ ਪ੍ਰਾਈਵੇਟ ਮਿੱਲਾਂ ਕੋਲ ਲੈਣ ਲਈ ਵੀ ਉਹਨਾਂ ਨੇ ਤੈਅ ਕੀਤਾ। ਇੱਕ ਜਿਹੜਾ ਉੱਧਰ ਮੁਕਤਸਰ ਅਤੇ ਫਾਜ਼ਿਲਕਾ ਦੇ ਏਰੀਏ ਵਿੱਚ ਪਾਣੀ ਚੁੱਕਣ 'ਤੇ ਜਿਹੜਾ ਟਿਊਬਵੈੱਲ ਦਾ ਜਿਹੜਾ ਵੱਧ ਆਉਂਦਾ ਉੱਤੇ ਵੀ ਮਾਨ ਸਾਹਿਬ ਨੇ ਕਿਹਾ ਕਿ ਅਸੀਂ ਇੱਥੇ ਬੈਠ ਕੇ ਵਿਚਾਰ ਕਰਾਂਗੇ ਕਿਉਂਕਿ ਪਹਿਲਾਂ ਸਾਡੇ ਕੋਈ ਮਸਲਾ ਕਦੀ ਆਇਆ ਨਹੀਂਗਾ। ਸੋ ਇਹ ਅੱਜ ਮਸਲੇ ਜਿਹੜੇ ਬਚਾਰੇ ਆ। ਔਰ ਮਾਨ ਸਾਹਿਬ ਨੇ ਜਿਹੜੀ ਪੰਜਾਬ ਦੇ ਕਿਸਾਨਾਂ ਨੂੰ ਗੱਲ ਕਹੀ ਆ ਉਹ ਬੜੀ ਕੀਮਤੀ ਆ। ਉਹਨਾਂ ਕਿਹਾ ਮੈਂ ਸਧਾਰਨ ਕਿਸਾਨ ਦਾ ਪੁੱਤ ਹੈ, ਤੁਹਾਡੇ ਵਰਗਾ ਮੈਂ ਖੇਤੀ ਕਰਦਾ ਰਿਹਾ, ਅਜੇ ਮੈਨੂੰ 2 ਮਹੀਨੇ ਦੇ ਕਰੀਬ ਹੀ ਹੋਇਆ ਸਰਕਾਰ ਬਣੀ ਨੂੰ, ਮੈਨੂੰ ਥੋੜ੍ਹਾ ਟਾਈਮ ਦਿਓ। ਕਿਸਾਨਾਂ ਨੇ ਕਿਹਾ ਕਿਸਾਨ ਮਾਨ ਸਾਹਿਬ ਕਰਜ਼ਾ ਬਹੁਤ ਹੈ ਕਿਸਾਨਾਂ ਦੇ ਸਿਰ 'ਤੇ, ਅਤੇ ਮਾਨ ਸਾਹਿਬ ਨੇ ਕਿਹਾ ਕਿ ਮੈਂ ਜਿਹੜੀ ਆ ਕਰਜ਼ਾ ਮਾਫੀ ਨਹੀਂ, ਮੈਂ ਚਾਹੁੰਦਾ ਕਿ ਮੇਰੀ ਸਰਕਾਰ ਕਰਜ਼ਾ ਮੁਕਤੀ ਕਰੇ, ਬਸ ਮੈਨੂੰ ਥੋੜ੍ਹਾ ਟਾਈਮ ਦਿਓ ਅਤੇ ਟਾਈਮ ਦੇ ਕੇ ਮੈਂ ਸਭ ਮਸਲੇ ਜਿਹੜੇ ਕਿਸਾਨਾਂ ਦੇ ਉਹ ਹੱਲ ਕਰੂੰਗਾ। ਬਸ ਮੈਂ ਇਹ ਤੁਹਾਨੂੰ ਕਹਿਣ ਆਇਆ ਸੀਗਾ। ਸਭ ਦਾ ਬਹੁਤ ਬਹੁਤ ਧੰਨਵਾਦ।